ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੀ ਖਬਰ ਦੇ ਨਾਲ ਹੜਕੰਪ ਮਚਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿਸ ਦੇ ਕਾਰਨ ਟ੍ਰੇਨ ਨੂੰ ਰੇਲਵੇ ਸਟੇਸ਼ਨ ਦੇ ਉੱਤੇ ਰੋਕਿਆ ਗਿਆ ਅਤੇ ਚੈਕਿੰਗ ਜੋ ਹੈ ਪੂਰੀ ਟ੍ਰੇਨ ਦੀ ਕੀਤੀ ਜਾ ਰਹੀ ਹੈ। ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਟ੍ਰੇਨ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਖਾਲੀ ਕਰਵਾਇਆ ਗਿਆ, ਸਟੇਸ਼ਨ ਦੇ ਉੱਤੇ ਰੋਕਿਆ ਗਿਆ, ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਤੈਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਬੰਬ ਡਿਸਪੋਜ਼ਲ ਟੀਮਾਂ ਨੂੰ ਵੀ ਮੌਕੇ ਦੇ ਉੱਤੇ ਤੈਨਾਤ ਕੀਤਾ ਹੈ ਅਤੇ ਬਰੀਕੀ ਦੇ ਨਾਲ ਟ੍ਰੇਨ ਦੇ ਹਰ ਕੋਨੇ ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ। ਵੱਡੀ ਖਬਰ ਹੈ, ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੀ ਖਬਰ ਨਾਲ ਹੜਕੰਪ ਮਚਿਆ। ਫਿਰੋਜ਼ਪੁਰ 'ਚ ਰੇਲਵੇ ਸਟੇਸ਼ਨ 'ਤੇ ਇਹ ਟ੍ਰੇਨ ਰੋਕੀ ਗਈ ਹੈ, ਚੈਕਿੰਗ ਦੇ ਲਈ ਟ੍ਰੇਨ ਨੂੰ ਫਿਰੋਜ਼ਪੁਰ ਦੇ ਕਾਸੂ ਬੇਗੂ ਸਟੇਸ਼ਨ ਦੇ ਉੱਤੇ ਰੋਕਿਆ ਗਿਆ, ਯਾਤਰੀਆਂ ਨੂੰ ਤੁਰੰਤ ਟ੍ਰੇਨ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਦੇ ਵੱਲੋਂ ਟ੍ਰੇਨ ਦੀ ਚੈਕਿੰਗ ਕੀਤੀ ਜਾ ਰਹੀ ਹੈ, ਮੌਕੇ ਦੇ ਉੱਤੇ ਰੈਸਕਿਊ ਟੀਮਾਂ ਅਤੇ ਫਾਇਰ ਬ੍ਰਿਗੇਡ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਬੰਬ ਡਿਸਪੋਜ਼ਲ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚੀਆਂ ਨੇ। ਪੁਲਿਸ ਨੂੰ ਬੰਬ ਹੋਣ ਦੇ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਸ ਟ੍ਰੇਨ ਨੂੰ ਰੋਕ ਲਿਆ ਗਿਆ ਤਾਂ ਜੰਮੂ ਤੋਂ ਫਿਰੋਜ਼ਪੁਰ ਦੇ ਲਈ ਇਹ ਟ੍ਰੇਨ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਹੀ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਤਾਂ ਉਸ ਟ੍ਰੇਨ ਨੂੰ ਹੁਣ ਰੋਕਿਆ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਟ੍ਰੇਨ ਰੋਕੀ ਹੋਈ ਹੈ ਅਤੇ ਇਸ ਦੇ ਨਾਲ ਹੀ ਯਾਤਰੀ ਜੋ ਨੇ ਉਹ ਬਾਹਰ ਖੜ੍ਹੇ ਨਜ਼ਰ ਆ ਰਹੇ ਨੇ ਅਤੇ ਪੁਲਿਸ ਦੇ ਵੱਲੋਂ ਜੋ ਆਪਣੇ ਇਕਵਿਪਮੈਂਟ ਨੇ ਉਹਨਾਂ ਦੇ ਨਾਲ ਬੰਬ ਦੀ ਚੈਕਿੰਗ ਕੀਤੀ ਜਾ ਰਹੀ ਹੈ, ਹਰ ਇੱਕ ਸਮਾਨ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਆਖਿਰ ਫੋਨ ਕਿੱਥੋਂ ਆਇਆ, ਇਹ ਸੂਚਨਾ ਕਿੱਥੋਂ ਮਿਲੀ, ਇਸਦੀ ਵੀ ਡੂੰਘਾਈ ਦੇ ਨਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੇ ਨਾਲ ਹੜਕੰਪ ਮਚਿਆ। ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਟ੍ਰੇਨ ਹਾਦਸੇ ਦਾ ਸ਼ਿਕਾਰ ਹੋਈ ਸੀ, 5 ਡੱਬੇ ਉਸਦੇ ਡਿਰੇਲ ਹੋ ਜਾਂਦੇ ਨੇ। ਝਾਰਖੰਡ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਜਿਸ 'ਚ 2 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਹੁਣ ਦੂਸਰੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ। ਫਿਰੋਜ਼ਪੁਰ ਦੇ ਵਿੱਚ ਇੱਕ ਟ੍ਰੇਨ ਨੂੰ ਰੋਕਿਆ ਗਿਆ, ਜੰਮੂ ਤਵੀ ਇਹ ਟ੍ਰੇਨ ਦੱਸੀ ਜਾ ਰਹੀ ਹੈ ਜਿਸ 'ਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੀ ਖਬਰ ਦੇ ਨਾਲ ਹੜਕੰਪ ਮਚਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿਸ ਦੇ ਕਾਰਨ ਟ੍ਰੇਨ ਨੂੰ ਰੇਲਵੇ ਸਟੇਸ਼ਨ ਦੇ ਉੱਤੇ ਰੋਕਿਆ ਗਿਆ ਅਤੇ ਚੈਕਿੰਗ ਜੋ ਹੈ ਪੂਰੀ ਟ੍ਰੇਨ ਦੀ ਕੀਤੀ ਜਾ ਰਹੀ ਹੈ। ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਟ੍ਰੇਨ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਖਾਲੀ ਕਰਵਾਇਆ ਗਿਆ, ਸਟੇਸ਼ਨ ਦੇ ਉੱਤੇ ਰੋਕਿਆ ਗਿਆ, ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਤੈਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਬੰਬ ਡਿਸਪੋਜ਼ਲ ਟੀਮਾਂ ਨੂੰ ਵੀ ਮੌਕੇ ਦੇ ਉੱਤੇ ਤੈਨਾਤ ਕੀਤਾ ਹੈ ਅਤੇ ਬਰੀਕੀ ਦੇ ਨਾਲ ਟ੍ਰੇਨ ਦੇ ਹਰ ਕੋਨੇ ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ। ਵੱਡੀ ਖਬਰ ਹੈ, ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੀ ਖਬਰ ਨਾਲ ਹੜਕੰਪ ਮਚਿਆ। ਫਿਰੋਜ਼ਪੁਰ 'ਚ ਰੇਲਵੇ ਸਟੇਸ਼ਨ 'ਤੇ ਇਹ ਟ੍ਰੇਨ ਰੋਕੀ ਗਈ ਹੈ, ਚੈਕਿੰਗ ਦੇ ਲਈ ਟ੍ਰੇਨ ਨੂੰ ਫਿਰੋਜ਼ਪੁਰ ਦੇ ਕਾਸੂ ਬੇਗੂ ਸਟੇਸ਼ਨ ਦੇ ਉੱਤੇ ਰੋਕਿਆ ਗਿਆ, ਯਾਤਰੀਆਂ ਨੂੰ ਤੁਰੰਤ ਟ੍ਰੇਨ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਦੇ ਵੱਲੋਂ ਟ੍ਰੇਨ ਦੀ ਚੈਕਿੰਗ ਕੀਤੀ ਜਾ ਰਹੀ ਹੈ, ਮੌਕੇ ਦੇ ਉੱਤੇ ਰੈਸਕਿਊ ਟੀਮਾਂ ਅਤੇ ਫਾਇਰ ਬ੍ਰਿਗੇਡ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਬੰਬ ਡਿਸਪੋਜ਼ਲ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚੀਆਂ ਨੇ। ਪੁਲਿਸ ਨੂੰ ਬੰਬ ਹੋਣ ਦੇ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਸ ਟ੍ਰੇਨ ਨੂੰ ਰੋਕ ਲਿਆ ਗਿਆ ਤਾਂ ਜੰਮੂ ਤੋਂ ਫਿਰੋਜ਼ਪੁਰ ਦੇ ਲਈ ਇਹ ਟ੍ਰੇਨ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਹੀ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਤਾਂ ਉਸ ਟ੍ਰੇਨ ਨੂੰ ਹੁਣ ਰੋਕਿਆ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਟ੍ਰੇਨ ਰੋਕੀ ਹੋਈ ਹੈ ਅਤੇ ਇਸ ਦੇ ਨਾਲ ਹੀ ਯਾਤਰੀ ਜੋ ਨੇ ਉਹ ਬਾਹਰ ਖੜ੍ਹੇ ਨਜ਼ਰ ਆ ਰਹੇ ਨੇ ਅਤੇ ਪੁਲਿਸ ਦੇ ਵੱਲੋਂ ਜੋ ਆਪਣੇ ਇਕਵਿਪਮੈਂਟ ਨੇ ਉਹਨਾਂ ਦੇ ਨਾਲ ਬੰਬ ਦੀ ਚੈਕਿੰਗ ਕੀਤੀ ਜਾ ਰਹੀ ਹੈ, ਹਰ ਇੱਕ ਸਮਾਨ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਆਖਿਰ ਫੋਨ ਕਿੱਥੋਂ ਆਇਆ, ਇਹ ਸੂਚਨਾ ਕਿੱਥੋਂ ਮਿਲੀ, ਇਸਦੀ ਵੀ
ਡੂੰਘਾਈ ਦੇ ਨਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੇ ਨਾਲ ਹੜਕੰਪ ਮਚਿਆ। ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਟ੍ਰੇਨ ਹਾਦਸੇ ਦਾ ਸ਼ਿਕਾਰ ਹੋਈ ਸੀ। 5 ਡੱਬੇ ਉਸਦੇ ਡਿਰੇਲ ਹੋ ਜਾਂਦੇ ਨੇ। ਝਾਰਖੰਡ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਜਿਸ 'ਚ 2 ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਤੇ ਹੁਣ ਦੂਸਰੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ। ਫਿਰੋਜ਼ਪੁਰ ਦੇ ਵਿੱਚ ਇੱਕ ਟ੍ਰੇਨ ਨੂੰ ਰੋਕਿਆ ਗਿਆ। ਜੰਮੂ ਤਵੀ ਇਹ ਟ੍ਰੇਨ ਦੱਸੀ ਜਾ ਰਹੀ ਹੈ ਜਿਸ 'ਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੀ ਖਬਰ ਦੇ ਨਾਲ ਹੜਕੰਪ ਮਚਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿਸ ਦੇ ਕਾਰਨ ਟ੍ਰੇਨ ਨੂੰ ਰੇਲਵੇ ਸਟੇਸ਼ਨ ਦੇ ਉੱਤੇ ਰੋਕਿਆ ਗਿਆ ਅਤੇ ਚੈਕਿੰਗ ਜੋ ਹੈ ਪੂਰੀ ਟ੍ਰੇਨ ਦੀ ਕੀਤੀ ਜਾ ਰਹੀ ਹੈ। ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਟ੍ਰੇਨ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਟ੍ਰੇਨ ਨੂੰ ਖਾਲੀ ਕਰਵਾਇਆ ਗਿਆ, ਸਟੇਸ਼ਨ ਦੇ ਉੱਤੇ ਰੋਕਿਆ ਗਿਆ। ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਤੈਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਬੰਬ ਡਿਸਪੋਜ਼ਲ ਟੀਮਾਂ ਨੂੰ ਵੀ ਮੌਕੇ ਦੇ ਉੱਤੇ ਤੈਨਾਤ ਕੀਤਾ ਹੈ ਅਤੇ ਬਰੀਕੀ ਦੇ ਨਾਲ ਟ੍ਰੇਨ ਦੇ ਹਰ ਕੋਨੇ ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ। ਵੱਡੀ ਖਬਰ ਹੈ, ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੀ ਖਬਰ ਨਾਲ ਹੜਕੰਪ ਮਚਿਆ। ਫਿਰੋਜ਼ਪੁਰ 'ਚ ਰੇਲਵੇ ਸਟੇਸ਼ਨ 'ਤੇ ਇਹ ਟ੍ਰੇਨ ਰੋਕੀ ਗਈ ਹੈ। ਚੈਕਿੰਗ ਦੇ ਲਈ ਟ੍ਰੇਨ ਨੂੰ ਫਿਰੋਜ਼ਪੁਰ ਦੇ ਕਾਸੂ ਬੇਗੂ ਸਟੇਸ਼ਨ ਦੇ ਉੱਤੇ ਰੋਕਿਆ ਗਿਆ। ਯਾਤਰੀਆਂ ਨੂੰ ਤੁਰੰਤ ਟ੍ਰੇਨ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਪੰਜਾਬ ਪੁਲਿਸ ਤੇ ਰੇਲਵੇ ਪੁਲਿਸ ਦੇ ਵੱਲੋਂ ਟ੍ਰੇਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੌਕੇ ਦੇ ਉੱਤੇ ਰੈਸਕਿਊ ਟੀਮਾਂ ਅਤੇ ਫਾਇਰ ਬ੍ਰਿਗੇਡ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਬੰਬ ਡਿਸਪੋਜ਼ਲ ਟੀਮਾਂ ਵੀ ਮੌਕੇ ਦੇ ਉੱਤੇ ਪਹੁੰਚੀਆਂ ਨੇ। ਪੁਲਿਸ ਨੂੰ ਬੰਬ ਹੋਣ ਦੇ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਸ ਟ੍ਰੇਨ ਨੂੰ ਰੋਕ ਲਿਆ ਗਿਆ। ਤਾਂ ਜੰਮੂ ਤੋਂ ਫਿਰੋਜ਼ਪੁਰ ਦੇ ਲਈ ਇਹ ਟ੍ਰੇਨ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਹੀ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਤਾਂ ਉਸ ਟ੍ਰੇਨ ਨੂੰ ਹੁਣ ਰੋਕਿਆ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਟ੍ਰੇਨ ਰੋਕੀ ਹੋਈ ਹੈ ਅਤੇ ਇਸ ਦੇ ਨਾਲ ਹੀ ਯਾਤਰੀ ਜੋ ਨੇ ਉਹ ਬਾਹਰ ਖੜ੍ਹੇ ਨਜ਼ਰ ਆ ਰਹੇ ਨੇ ਅਤੇ ਪੁਲਿਸ ਦੇ ਵੱਲੋਂ ਜੋ ਆਪਣੇ ਇਕਵਿਪਮੈਂਟ ਨੇ ਉਹਨਾਂ ਦੇ ਨਾਲ ਬੰਬ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਰ ਇੱਕ ਸਮਾਨ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਆਖਿਰ ਫੋਨ ਕਿੱਥੋਂ ਆਇਆ, ਇਹ ਸੂਚਨਾ ਕਿੱਥੋਂ ਮਿਲੀ, ਇਸ ਦੀ ਵੀ ਡੂੰਘਾਈ ਦੇ ਨਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੇ ਨਾਲ ਹੜਕੰਪ ਮਚਿਆ। ਹਾਲਾਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਟ੍ਰੇਨ ਹਾਦਸੇ ਦਾ ਸ਼ਿਕਾਰ ਹੋਈ ਸੀ। 5 ਡੱਬੇ ਉਸਦੇ ਡਿਰੇਲ ਹੋ ਜਾਂਦੇ ਨੇ। ਝਾਰਖੰਡ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਦਾ ਜਿਸ 'ਚ 2 ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਤੇ ਹੁਣ ਦੂਸਰੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ। ਫਿਰੋਜ਼ਪੁਰ ਦੇ ਵਿੱਚ ਇੱਕ ਟ੍ਰੇਨ ਨੂੰ ਰੋਕਿਆ ਗਿਆ। ਜੰਮੂ ਤਵੀ ਇਹ ਟ੍ਰੇਨ ਦੱਸੀ ਜਾ ਰਹੀ ਹੈ ਜਿਸ 'ਚ ਬੰਬ ਹੋਣ ਦੀ ਸੂਚਨਾ ਮਿਲੀ ਹੈ।